ਬੋਲ ਇੱਕ ਬੋਲੇਗਾ ਇੱਕ, ਪਰ ਜਦੋਂ ਅਸੀਂ ਇੱਥੇ ਜਾ ਕੇ ਉਹਨੂੰ ਫਿਰ ਕਹਾਂਗੇ ਬੋਲ ਮਹਿਲਾ ਪਹਿਲਾ, ਫਿਰ ਸਵਾਲ ਕਰੇਗਾ ਕਿ ਪਿਤਾ ਜੀ ਮਾਤਾ ਜੀ ਇਹ ਕੀ ਗੱਲ ਬਣੀ ਵੀ ਲਿਖਿਆ ਤੇ ਉਦਾਂ ਹੀ ਹੋਇਆ ਜਿਵੇਂ ਪਹਿਲਾਂ ਲਿਖਿਆ ਆ, ਪਰ ਤੁਸੀਂ ਇੱਥੇ ਇੱਕ ਬੋਲ ਦਿੱਤਾ ਇੱਥੇ ਪਹਿਲਾ ਬੋਲ ਦਿੱਤਾ, ਕਿਉਂ ਤੁਸੀਂ ਗਲਤ ਪੜ੍ਹਾਉਣ ਲੱਗ ਪਏ? ਪਤਾ ਨਹੀਂ ਸਾਨੂੰ ਕਿਉਂ ਆਪਾਂ ਇੱਥੇ ਪਹਿਲਾ ਬੋਲਦੇ ਹਾਂ, ਪਹਿਲੇ ਗੁਰੂ ਤੇ ਰਾਈਟ ਬਿਲਕੁਲ, ਪਰ ਲਿਖਿਆ ਤੇ ਇੱਦਾਂ ਹੀ ਹੋਇਆ ਨਾ, ਲਿਖਿਆ ਤੇ ਸੇਮ ਆ, ਫਰਕ ਕੁਝ ਵੀ ਨਹੀਂ। ਹੁਣ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਆਪਾਂ ਕਲਾਸ ਵਿੱਚ ਜੁੜੇ ਹਾਂ, ਠੀਕ ਆ ਜੀ। ਇੱਥੇ ਆਪਾਂ ਇੱਕ ਬੋਲਦੇ ਹਾਂ, ਇੱਥੇ ਆਪਾਂ ਪਹਿਲਾਂ ਬੋਲਦੇ ਹਾਂ, ਇਹਦਾ ਜਵਾਬ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਹੀ ਦਿੱਤਾ, ਠੀਕ ਆ ਜੀ। ਹੁਣ ਤੁਸੀਂ ਇਹ ਨੋਟ ਕਰੀ ਜਾਇਓ ਜ਼ਰੂਰ, ਕਿਉਂਕਿ ਕੱਲ੍ਹ ਨੂੰ ਤੁਸੀਂ ਇਹਨਾਂ ਸਵਾਲਾਂ ਦਾ ਜਵਾਬ ਦੇ ਸਕੋ, ਠੀਕ ਆ ਜੀ। ਜੇ ਤੁਸੀਂ ਇਹ ਹੋਰ ਕੰਮ ਕਰ ਸਕਦੇ ਹੋ ਵੀ ਜੇ ਤੁਹਾਡੇ ਕੋਲ ਨਹੀਂ ਬੁੱਕ ਤਾਂ ਮੈਂ ਤਾਂ ਆਪ ਕਰਦਾ ਹੁੰਦਾ ਵਾਂ, ਕਿਉਂਕਿ ਮੈਂ ਸਾਰਾ ਕੁਝ ਕਰਦਾ। ਜਿੱਥੇ ਮੈਨੂੰ ਕੋਈ ਚੰਗੀ ਲੱਗਦੀ ਹੈ ਕਲਾਸ ਲੈਕਚਰ ਹੁੰਦਾ ਵਾ, ਫਿਰ ਮੈਂ ਮੋਬਾਈਲ ਦੀ ਰਿਕਾਰਡਿੰਗ ਲਾ ਦਿੰਦਾ, ਬਾਅਦ ਵਿੱਚ ਜਦੋਂ ਮੈਨੂੰ ਲੋੜ ਪੈਂਦੀ ਹੈ ਮੈਂ ਉਹ ਰਿਕਾਰਡਿੰਗ ਸੁਣ ਲੈਂਦਾ, ਠੀਕ ਆ ਜੀ। ਇਹ ਵੀ ਕੰਮ ਤੁਸੀਂ ਕਰ ਸਕਦੇ ਹੋ ਨਾਲ ਨਾਲ, ਕਿਉਂਕਿ ਕੱਲ੍ਹ ਨੂੰ ਜੇ ਤੁਸੀਂ ਦੁਬਾਰਾ ਸੁਣਨਾ ਹੋਵੇ, ਤੁਹਾਡੇ ਕੋਲ ਸਾਰਿਆਂ ਕੋਲ ਮੋਬਾਈਲ ਨੇ, ਤੁਸੀਂ ਜਿੱਥੇ ਲਿਖਦੇ ਹੋ ਉੱਥੇ ਤੁਸੀਂ ਰਿਕਾਰਡਿੰਗ ਵੀ ਕਰ ਸਕਦੇ ਹੋ, ਕੱਲ੍ਹ ਨੂੰ ਤੁਸੀਂ ਦੁਬਾਰਾ ਸੁਣਨਾ ਹੋਵੇ ਤਾਂ ਉਹ ਚੀਜ਼ ਕੱਢ ਕੇ ਫਿਰ ਦੁਬਾਰਾ ਸੁਣੀ ਜਾ ਸਕਦੀ ਹੈ, ਠੀਕ ਆ ਜੀ। ਹੁਣ ਇਹਦਾ ਆਪਾਂ ਇਹਦਾ ਉਚਾਰਨ ਜਿਹੜਾ ਇੱਥੇ ਲਿਖਿਆ ਹੋਇਆ ਇੱਕ ਆ, ਇਹਨੂੰ ਆਪਾਂ ਬੋਲਦੇ ਹਾਂ ਇੱਕ, ਇੱਥੇ ਬੋਲਦੇ ਹਾਂ ਪਹਿਲਾ। ਸਵਾਲ ਇਹੀ ਵੀ ਇੱਕ ਸ਼ਬਦ ਦਾ ਉਚਾਰਨ ਦੋ ਤਰੀਕਿਆਂ ਨਾਲ ਕਿਉਂ ਕਰਦੇ ਹੋ ਜੀ, ਸਾਨੂੰ ਕੋਈ ਪੁੱਛੇ ਫਿਰ ਆਪਾਂ ਦੱਸ ਸਕਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪਹਿਲਾ ਰਾਗ ਜਿਹੜਾ ਸ਼ੁਰੂ ਹੁੰਦਾ ਪਤਾ ਜੀ ਕਿਹੜਾ? ਸ਼੍ਰੀ ਰਾਗ। ਸ਼੍ਰੀ ਰਾਗ ਜਿਹੜਾ ਇੱਕ ਅੰਕ ਤੋਂ ਲੈ ਕੇ 13 ਤੱਕ ਸਾਨੂੰ ਨਿਤਨੇਮ ਮਿਲੇਗਾ ਗੁਰੂ ਕੀ ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਸਾਡੇ ਅੰਕਤ ਆ, ਠੀਕ ਆ ਜੀ। ਜਦੋਂ 14 ਅੰਕ ਦੇ ਉੱਪਰ ਗੁਰੂ ਕੀ ਬਾਣੀ ਸ਼ੁਰੂ ਹੁੰਦੀ ਆ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਹਿਲਾ ਸ਼ਬਦ, ਮੋਤੀ ਤਾਂ ਮੰਦਰ ਕੁਸਰੇ ਰਤਨੀ ਤਾਂ ਹੋਏ ਚੜਾਓ, ਕਸੂਰ ਕੁੰਗੂ ਅਗਰ ਚੰਦਨ ਲੀਪ ਆਵਾ ਚਾਓ, ਇਹ ਜਦੋਂ ਸ਼ਬਦ ਸ਼ੁਰੂ ਹੁੰਦਾ ਇਹਦੇ ਉੱਪਰ ਜਿਹੜੀ ਹੈਡਿੰਗ ਲਿਖੀ ਆ ਉਹਨੂੰ ਕਦੇ ਧਿਆਨ ਨਾਲ ਦੇਖਿਓ। ਜਦੋਂ ਤੁਹਾਡੇ ਕੋਲ ਸਮਾਂ ਬਣਿਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਏਂਗੇ ਉਹਨਾਂ, ਤੁਸੀਂ ਉਦੋਂ ਤੁਸੀਂ ਚੁੱਕ ਕੇ ਅਤੇ ਦੇਖ ਸਕਦੇ, ਠੀਕ ਆ ਜੀ। ਹੁਣ ਉੱਥੇ ਜਿਹੜਾ ਆਪਾਂ ਪੜ੍ਹਾਂਗੇ 14 ਅੰਕ ਦੇ ਉੱਪਰ, ਠੀਕ ਆ ਜੀ, ਆ ਪੇਜ ਉੱਥੇ ਸਾਨੂੰ ਲਿਖਿਆ ਮਿਲੂਗਾ ਜੀ, ਰਾਗ ਸ਼੍ਰੀ ਰਾਗ ਮਹਿਲਾ ਪਹਿਲਾ, ਇੱਦਾਂ ਪਾ ਕੇ ਜੀ, ਫਿਰ ਇੱਕ ਪਾਇਆ ਹੋਊਗਾ, ਫਿਰ ਇੱਦਾਂ ਘਰ ਲਓ ਜੀ, ਠੀਕ ਆ ਜੀ। ਹੁਣ ਆਹ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਜਿਹੜੇ ਨੇ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਲਿਖ ਕੇ ਦਿੱਤੀ ਹੈ, ਇਹਦੇ ਨਾਲ ਵੱਡਾ ਪ੍ਰੂਫ ਤੇ ਕੋਈ ਨਹੀਂ ਨਾ ਹੋ ਸਕਦਾ, ਠੀਕ ਆ ਜੀ। ਇੱਥੇ ਇੱਕ ਉਚਾਰਨ ਕਰ ਰਹੇ ਹਾਂ, ਇੱਥੇ ਪਹਿਲਾਂ ਕਿਉਂ ਉਚਾਰਨ ਕਰ ਰਹੇ ਹਾਂ? ਕਿਉਂਕਿ ਸਾਡੇ ਸਤਿਗੁਰੂ ਜੀ ਨੇ ਲਿਖ ਕੇ ਦਿੱਤਾ, ਰਾਈਟ। ਇਹੀ ਜਿਹੜਾ ਪਹਿਲਾ ਸ਼ਬਦ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਵਾਰੀ ਸਾਨੂੰ ਲਿਖਿਆ ਮਿਲੂਗਾ, ਇੱਕ ਸਾਡੇ ਕੋਲ ਗਿਆ ਜੀ 14 ਨੰਬਰ ਪੇਜ 'ਤੇ, ਇੱਕ ਸਾਡੇ ਕੋਲ ਮਿਲੂਗਾ ਜੀ ਆ ਪੇਜ 'ਤੇ ਸੋਰਠ ਮਹਿਲਾ ਪਹਿਲਾ, ਲਓ ਜੀ। ਹੁਣ ਸਾਡੇ ਕੋਲ ਸਵਾਲ ਦਾ ਜਵਾਬ ਆ ਗਿਆ ਜੀ, ਠੀਕ ਆ ਜੀ, ਵੀ ਆਪਾਂ ਇੱਕ ਸ਼ਬਦ ਦਾ ਉਚਾਰਨ ਦੋ ਤਰੀਕਿਆਂ ਨਾਲ ਕਿਉਂ ਕਰਦੇ ਹਾਂ, ਠੀਕ ਆ ਜੀ। ਦੋ ਤਰੀਕਿਆਂ ਨਾਲ ਕਿਉਂ ਕਰਦੇ ਹਾਂ? ਕਿਉਂਕਿ ਜਦੋਂ ਸਾਨੂੰ ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਸਾਨੂੰ ਆਪ ਉਪਦੇਸ਼ ਕਰਕੇ ਸੰਕੇਤ ਦੇ ਕੇ ਸਾਨੂੰ ਸਮਝਾਇਆ, ਨਹੀਂ ਤੇ ਜੇ ਕਦੇ ਹੁਣ ਸਾਡੇ ਜਿਹੜੇ ਵਿਰੋਧੀ ਨੇ ਉਹ ਇੱਦਾਂ ਦੇ ਸਵਾਲ ਖੜੇ ਕਰਦੇ ਨੇ, ਉਹ ਕਹਿੰਦੇ ਜੀ ਇੱਥੇ ਤੁਸੀਂ ਪਹਿਲਾਂ ਪੜ੍ਹਦੇ ਹੋ ਫਿਰ ਇੱਥੇ ਵੀ ਪਹਿਲਾਂ ਪੜ੍ਹਦੇ ਹੋ, ਇੱਥੇ ਵੀ ਪਹਿਲਾਂ ਪੜ੍ਹੋ, ਪਹਿਲਾ ਓਂਕਾਰ। ਜੇ ਅਸੀਂ ਇੱਦਾਂ ਪੜ੍ਹਨ ਲੱਗ ਪਏ ਪਹਿਲਾਂ ਓਂਕਾਰ, ਫਿਰ ਪਤਾ ਕੀ ਅਰਥ ਨਿਕਲਣਗੇ? ਪਹਿਲਾਂ ਓਂ ਓਂ ਸ਼ਬਦ ਜਿਹੜਾ ਸੀ ਨਾ ਉਹ ਪਹਿਲਾਂ ਵੀ ਲਿਖਿਆ ਮਿਲਦਾ, ਉਦੋਂ ਓਂ ਦੇ ਸ਼ਬਦ ਦੇ ਜਿਹੜੇ ਅਰਥ ਕੱਢੇ ਜਾਂਦੇ ਸੀਗੇ ਤਿੰਨ ਸ਼ਕਤੀਆਂ। ਤੁਸੀਂ ਕਦੇ ਦੇਖੋ ਜਿਹੜਾ ਸਨਾਤਨ ਧਰਮ ਦਾ ਚਿੰਨ ਬਣਿਆ ਹੈ ਨਾ ਆਹ ਚੀਜ਼, ਠੀਕ ਆ ਜੀ, ਇੱਦਾਂ ਆਪਾਂ ਕਹਿੰਦੇ ਹਾਂ ਨਾ ਆਹ ਚੀਜ਼ ਬਣੀ ਹੋਈ, ਇਹਦਾ ਆਕਾਰ ਦੇਖੋ ਇਹ ਕੀ ਕਹਿ ਰਿਹਾ। ਜੇ ਇਹਨੂੰ ਆਪਾਂ ਪਾਸੇ ਕਰ ਦਈਏ
ਕਿੱਦਾਂ ਦਾ ਲੱਗਦਾ ਜੀ ਇਹ ਤਿੰਨ ਠੀਕ ਹੈ ਜੀ ਹੁਣ ਇਹਦੇ ਵਿੱਚ ਤਿੰਨ ਚੀਜ਼ਾਂ ਦੀ ਗੱਲ ਕੀਤੀ ਗਈ ਇੱਕ ਹੋ ਗਿਆ ਜੀ ਬ੍ਰਹਮਾ ਇੱਕ ਹੋ ਗਿਆ ਵਿਸ਼ਨੂੰ ਇੱਕ ਹੋ ਗਿਆ ਮਹੇਸ਼ ਵੀ ਤਿੰਨ ਸ਼ਕਤੀਆਂ ਚਲਾਉਣ ਵਾਲੀ ਇਹ ਸ਼ਬਦ ਜਿਹੜਾ ਇੱਥੋਂ ਤੱਕ ਜਾਂਦਾ ਜੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਪਹਿਲਾਂ ਆਹ ਚੀਜ਼ ਜਿਹੜੀ ਵਰਤੀ ਜਾਂਦੀ ਸੀ ਇਹਦਾ ਲਖਾਇਕ ਇਹਦਾ ਅਰਥ ਹੁੰਦਾ ਸੀ ਤਿੰਨ ਸ਼ਕਤੀਆਂ ਜੇ ਹੁਣ ਆਪਾਂ ਇਹਨੂੰ ਪੜ੍ਹਨਾ ਸ਼ੁਰੂ ਕਰਦਾ ਪਹਿਲਾਂ ਹੂੰ ਹੁਣ ਉਹ ਜਿਹੜੇ ਅਰਥ ਨੇ ਉਹ ਕਿਸੇ ਹੋਰ ਪਾਸੇ ਚਲੇ ਗਏ ਵੀ ਪਹਿਲਾਂ ਕੀ ਪਹਿਲਾਂ ਬ੍ਰਹਮਾ ਵਿਸ਼ਨੂੰ ਮਹੇਸ਼ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਜਿਹੜੀ ਆਹ ਸ਼ਬਦ ਆਹ ਚੀਜ਼ਾਂ ਇਹ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਇਹ ਨਹੀਂ ਡਾਲੇ ਜਾਂਦੇ ਸੀਗੇ ਇੱਥੇ ਤੱਕ ਹੁੰਦਾ ਸੀ ਇਸ ਕਰਕੇ ਧਿਆਨ ਰੱਖੋ ਵੀ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਦੋ ਤਰੀਕਿਆਂ ਦੇ ਨਾਲ ਇੱਕ ਦਾ ਉਚਾਰਨ ਦੋ ਤਰੀਕਿਆਂ ਨਾਲ ਕਿਉਂ ਹੋ ਰਿਹਾ ਇਹ ਸਾਡਾ ਸਵਾਲ ਸੋਲਵ ਹੋ ਗਿਆ ਜੀ ਕਿਸੇ ਨੇ ਕੁਝ ਸਵਾਲ ਪੁੱਛਣਾ ਹੋਵੇ ਤੇ ਆਪਾਂ ਇਹਨੂੰ ਦੁਬਾਰਾ ਰਿਪੀਟ ਕਰ ਸਕਦੇ ਹਾਂ ਕਿਉਂਕਿ ਆਪਾਂ ਕਲਾਸ ਦੇ ਵਿੱਚ ਸਵਾਲ ਵੀ ਕਰ ਸਕਦੇ ਹਾਂ ਪਰ ਸਵਾਲ ਜਿਹੜਾ ਹੋਵੇ ਉਹ ਸਾਡੀ ਜਪ ਜੀ ਨਾਲ ਹੀ ਸੰਬੰਧਿਤ ਹੋਣਾ ਚਾਹੀਦਾ ਸਾਡੇ ਸਬਜੈਕਟ ਨਾਲ ਸੰਬੰਧਿਤ ਹੋਵੇ ਕੁਐਸਚਨ ਤੇ ਨੋ ਪ੍ਰੋਬਲਮ ਪਰ ਜੇ ਸਬਜੈਕਟ ਤੋਂ ਬਾਹਰ ਹੀ ਪ੍ਰੋਬਲਮ ਹੋਵੇ ਕੁਐਸਚਨ ਉਹ ਫਿਰ ਆਪਾਂ ਕਲਾਸ 'ਚ ਨਹੀਂ ਵਿਚਾਰਾਂਗੇ ਉਹਨੂੰ ਵੱਖਰੇ ਟਾਈਮ 'ਤੇ ਆਪਾਂ ਵਿਚਾਰ ਸਕਦੇ ਠੀਕ ਹੈ ਜੀ ਇੱਥੋਂ ਤੱਕ ਸਮਝ ਲੱਗ ਗਈ ਜੀ ਕੋਈ ਇਹਦੇ ਵਿੱਚ ਕੋਈ ਸਵਾਲ ਹੋਵੇ ਤੁਹਾਡਾ ਆਪਾਂ ਉਹਦਾ ਜਵਾਬ ਫਿਰ ਦੁਬਾਰਾ ਕਰ ਸਕਦੇ ਹਾਂ ਨਹੀਂ ਫਿਰ ਆਪਾਂ ਅੱਗੇ ਤੁਰੀਏ ਜੀ ਇਹ ਨੋਟ ਕਰ ਲਿਆ ਤੁਸੀਂ ਠੀਕ ਹੈ ਜੀ ਇੱਕ ਦਾ ਉਚਾਰਨ ਦੋ ਤਰੀਕਿਆਂ ਨਾਲ ਕਹਿਣ ਦਾ ਭਾਵ ਕੀ ਵੀ ਸਤਿਗੁਰੂ ਜੀ ਨੇ ਸਾਨੂੰ ਲਿਖ ਕੇ ਦੱਸ ਦਿੱਤਾ ਵੀ ਇਹ ਏਕੇ ਦਾ ਉਚਾਰਨ ਆਹ ਕਰਨਾ ਇੱਥੇ ਦੋ ਵਾਰੀ ਨਹੀਂ ਪੜ੍ਹਿਆ ਜਾਊਗਾ ਇਹ ਵੀ ਗੱਲ ਧਿਆਨ ਵਿੱਚ ਰੱਖਿਓ ਰਾਮ ਸ਼੍ਰੀ ਰਾਗ ਮਹਿਲਾ ਪਹਿਲਾ ਬਾਅਦ 'ਚ ਬੋਲੀਏ ਇੱਕ ਨਾ ਕਿਉਂਕਿ ਇਹ ਇੱਕ ਦਾ ਉਚਾਰਨ ਤੇ ਆਪਾਂ ਇਹਦੇ ਰੂਪ ਵਿੱਚ ਕਰ ਦਿੱਤਾ ਹੁਣ ਇਹ ਸਾਇਲੈਂਟ ਹੋ ਜਾਣਾ ਇਹਦਾ ਉਚਾਰਨ ਹੋ ਚੁੱਕਿਆ ਇੱਥੇ ਵੀ ਘਰ ਪਹਿਲਾ ਇੱਥੇ ਵੀ ਸਾਨੂੰ ਕਈ ਥਾਵਾਂ ਤੇ ਲਿਖਿਆ ਮਿਲੂਗਾ ਘਰ ਦੂਜਾ ਪੰਜਾਬੀ ਵਿੱਚ ਲਿਖਿਆ ਮਿਲੂਗਾ ਫਿਰ ਦੋ ਪਾਇਆ ਹੋਊਗਾ ਪੰਜਾਬੀ ਵਿੱਚ ਲਿਖਿਆ ਹੋਊਗਾ ਸਾਡੇ ਕੋਲ ਤਿੰਨ ਪਾਇਆ ਹੋਊਗਾ ਫਿਰ ਤੀਜਾ ਲਿਖਿਆ ਹੋਊਗਾ ਦੋ ਦੋ ਵਾਰੀ ਨਹੀਂ ਬੋਲਾਂਗੇ ਸਿਰਫ ਇੱਕ ਵਾਰੀ ਬੋਲਾਂਗੇ ਠੀਕ ਆ ਜੀ ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਸਮਝਾ ਦਿੱਤਾ ਕਿ ਇਹਦਾ ਉਚਾਰਨ ਇੱਦਾਂ ਕਰਨਾ ਪਰ ਇਹਦਾ ਉਚਾਰਨ ਪਹਿਲਾਂ ਨਹੀਂ ਹੋ ਸਕਦਾ ਇਹ ਇੱਕ ਹੀ ਰਹਿਣਾ ਜੇ ਇਹਦਾ ਆਪਾਂ ਉਚਾਰਨ ਪਹਿਲਾਂ ਕਰਾਂਗੇ ਤਾਂ ਸਾਡਾ ਸਾਰਾ ਸਿਧਾਂਤ ਹੀ ਮਦੀਆ ਮੇਟ ਹੋ ਜਾਣਾ ਠੀਕ ਆ ਜੀ ਅਸੀਂ ਇੱਕ ਮਾਲਕ ਨਾਲ ਉੱਠ ਜਾਵਾਂਗੇ ਚਲੋ ਜੀ ਇਹ ਆਪਾਂ ਵਿਚਾਰ ਲਿਆ ਜੀ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਦੀ ਗੱਲ ਵਾਰ ਵਾਰ ਕੀਤੀ ਤੇ ਸਾਨੂੰ ਸਮਝਾਇਆ ਵੀ ਤੇਰੇ ਜਿਹੜੇ ਰੱਬ ਨੇ ਨਾ ਉਹ ਅਨੇਕਾਂ ਨਹੀਂ ਤੁਹਾਡੇ ਤੇਰੇ ਰੱਬ ਜਿਹੜੇ ਨੇ ਉਹ ਇੱਕ ਆ ਠੀਕ ਆ ਜੀ ਹੁਣ ਇਹਦਾ ਉਚਾਰਨ ਜਿਹੜਾ ਵਾ ਧਿਆਨ ਨਾਲ ਆਪਾਂ ਸਮਝ ਲਈਏ ਇੱਕ ਕਿਰ ਜੀ ਆਹ ਸ਼ਬਦ ਆ ਗਿਆ ਓਮ ਠੀਕ ਆ ਜੀ ਆਹ ਜਿਹੜੀ ਆ ਇਹ ਚਿੰਨ੍ਹ ਇਹਨੂੰ ਬੋਲਿਆ ਜਾਂਦਾ ਜੀ ਕਾ ਠੀਕ ਆ ਜੀ ਇੱਕ ਓਮ ਕਾ ਬਹੁਤ ਆਦ ਇਹਦਾ ਉਚਾਰਨ ਜਿਹੜੇ ਗਲਤ ਕਰਦੇ ਨੇ ਯਾਦ ਕਰਦੇ ਨੇ ਇੱਕੋ ਓਮ ਕਾ ਠੀਕ ਆ ਜੀ ਜਾਂ ਏਕ ਓਂਕਾਰ ਠੀਕ ਆ ਜੀ ਜਾਂ ਓਮਕਾਰ ਇੱਕ ਓਮਕਾਰ ਇੱਕ ਤੇ ਬੋਲ ਹੀ ਦਿੰਦੇ ਨੇ ਪਰ ਓਮ ਕਾਰ ਇਹ ਜਿਹੜੀ ਆਹ ਲਿਖੀ ਹੋਈ ਨਾ ਇਹ ਸਾਰੀ ਇਹ ਗਲਤ ਉਚਾਰਨ ਸ਼ੁੱਧ ਉਚਾਰਨ ਜਿਹੜਾ ਸਹੀ ਉਚਾਰਨ ਉਹ ਆ ਇੱਕ ਓਮ ਜਿਵੇਂ ਆਪਾਂ ਬੋਲਦੇ ਹਾਂ ਨਾਦੰ ਵੇਦੰ ਇਸੇ ਤਰ੍ਹਾਂ ਓਮ ਸੈ ਭੰਗ ਭੰਗ ਨਹੀਂ ਬੋਲਦੇ ਇੱਥੇ ਵੀ ਅੰਗ ਨਹੀਂ ਬੋਲਣਾ ਅੰਗ ਆਵਾਜ਼ ਵਿੱਚ ਹੀ ਰੱਬ ਜਾਣੀ ਜਿਵੇਂ ਕੋਈ ਭਾਂਡਾ ਖੜਕਦਾ ਨਾ ਉਹਦੀ ਜਿਹੜੀ ਬਾਅਦ ਵਿੱਚ ਆਵਾਜ਼ ਨੂੰ ਬਹਿੰਦੀ ਜਾਂਦੀ ਆ ਉਹ ਹੌਲੀ ਹੌਲੀ ਰੁਕ ਜਾਂਦੀ ਹੈ ਮਿਕਸ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਓਮ ਓਮ ਥੋੜ੍ਹਾ ਜਿਹਾ ਕਦੇ ਵੀ ਇਹਦਾ ਉਚਾਰਨ ਜਿਹੜਾ ਨਾ ਮੂੰਹ ਬੰਦ ਕਰਕੇ ਨਹੀਂ ਕਰਨਾ ਜਾਂ ਆਪਾਂ ਇੱਕ ਓਮ ਨਹੀਂ ਮੂੰਹ ਖੋਲ੍ਹਣਾ ਪੈਣਾ ਤੁਹਾਨੂੰ ਮੂੰਹ ਖੋਲ੍ਹ ਕੇ ਹੀ ਬੋਲਿਆ ਜਾਣਾ ਵਾ ਮੂੰਹ ਖੋਲ੍ਹਣ ਤੋਂ ਬਿਨਾਂ ਇਹਦਾ ਉਚਾਰਨ ਸਹੀ ਨਹੀਂ ਹੋਊਗਾ ਕਿਉਂਕਿ ਪੰਜਾਬੀ ਦੇ ਕਈ ਸ਼ਬਦ ਨੇ ਉਹ ਵੱਖ ਵੱਖ ਤਰੀਕੇ ਨਾਲ ਕਈ ਵਾਰੀ ਦੰਦ ਨਾਲ ਜੁੜਨਗੇ ਤਾਂ ਉਹ ਬੋਲੇ ਜਾਣਗੇ ਕਈ ਵਾਰੀ ਬੁੱਲ ਨਾਲ ਜੁੜਨਗੇ ਤਾਂ ਬੋਲੇ ਜਾਣਗੇ ਕਈ ਵਾਰੀ ਜੀਭ ਜਿਹੜੀ ਆ ਉਹ ਪਿੱਛੇ ਨੂੰ ਜਾਊਗੀ ਤਾਂ ਬੋਲੇ ਜਾਣਗੇ ਕਈ ਵਾਰੀ ਮੂੰਹ ਖੋਲ੍ਹਣਾ ਪਊ ਪੂਰਾ ਜਿਵੇਂ ਆਪਾਂ ਬੋਲਦੇ ਹਾਂ ਓ ਠੀਕ ਹੈ ਜੀ ਇਸੇ ਤਰ੍ਹਾਂ ਓਅੰਕਾਰ
थोड़ा जा मूंह खुला करके फिर वह उच्चारण सही होना। लो जी आने को तीन चीजा आ गई, यदा जो उच्चारण आ जो लिखे हुए हैं ये उच्चारण नहीं आप करना। हूँ ये अर्थ जोड़े ने सतगुरु जी ने सानू समझाए ने जोड़े, ठीक है जी, वो आप समझ लीए। एक का मतलब रब एक, ठीक है जी। ये ब्रह्म का ब्रह्म भी जिन्हों कह दें भी ब्रह्म जो परमेश्वर सारिया के व्यापक है जिस वर्ग का दूजा कोई नहीं, ठीक है जी। इन ब्रह्म भी लिखते हैं आप, ये भी रब का लखाइक आ गया। कार का मतलब होंगे वा कंटिन्यू यूनीवर्सल भी जोड़ा सारिया के व्यापक है, सारिया के व्यापक है। जिमें सह आप सारे लेने, ठीक है जी। जिमें जी हवा जिमें आप कह दिए पांच तत्व जोड़े ने सारे ही ने। इस तरह ही सतगुरु जी कहते जो रब आ सारे ही व्यापक है, ये नहीं भी मेरे बच्ची है कथा, वो सारे ही यूनीवर्सल, ठीक है जी। वह सारे ही व्यापक आ जोड़ा शब्द आ ये कार लिख के भी ये निरंतर ये रुकन वाला नहीं। जे मैं मर गया यह नहीं गा भी मैं मर गया तो रब भी मेरे बच्चों खत्म हो गई, जेडे मेरे तत् ने वो वक् वक् थावान के उत्ते फैल गए अपनी अपनी थान पर पहुँच गए। इस तरीके जो संसार पैदा हो रहा वह बिनस भी रहा वा। सतगुरु जी कहते इन गलों ध्यान में रख रब एक आ उस वर्गा दूजा कोई नहीं, वो सारे के अंदर बैठा। हूँ सवाल यह आ भी वह सारे के अंदर किमें बैठा। गुरु जी ने कई उदाहरण दतिया गुरबाणी के सतगुरु जी कहते जिमें गुरु तेग बहादुर जी का एक शब्द तुम कई बार सुनिया होगा ज पढ़िया होगा। सतगुरु जी कहते भी काहे रे बन कुजन जाई सर्व निवासी सदा अलेपा तो ही संघ समाज, वो तेरे बच्ची बैठा किमें बैठा जी। वो फिर अगलिया उदाहरण दिए कहते वह मध जो वास वस्त है जिमें फुल के सुगंधी सुगंधी नज़र तो नहीं आती जी, जो बंदा कहे मैं वेखना चाहना मैं सुगंधी नज़र नहीं आती, बस उन्होंने महसूस आप करते हैं भी हाँ वह मध जो वास वस्त है मुकर माहे जैसे छाई शीशे के साड़ी फोटो नज़र आती है। पर जे आप कही फोटो मैं फड़ लूँगा फड़ लवेंगे नहीं फट सकते वो नज़र आँगी, ठीक है जी। इस तरह वो इस तरह जिमें आप पकड़ना चाहिए इदा नहीं हो सकता। सतगुरु जी कहते मुकर माहे जैसे छाई तैसे ही हर बसा निरंतर घट ही खोजो भाई अपने अंदर झात मार के भी। जदों हुण ये रब की गल की भी वह सारे ही व्यापक आ तो बिना कोई भी थान खाली नहीं, ठीक है जी। हुण ये गल असी गुरु को आके समझी परमात्मा एक है उस वर्गा दूजा कोई नहीं, वो सारे व्यापक बैठा। हुण सानू इन्नी गल पता लग गई, इन्नी गल सानू पता लग गई भी रब एक आ, सानू की फायदा होया सानू कोई पुछूगा असी दस देवांगे नो प्रॉब्लम दस दूँ। पर इस एक दा साडे जीवन लई की उपदेश आ, साडे जीवन लई इहदा की मैसेज आ, ठीक है जी। गुरु नानक साहब जी ने यह गल लिख के सानू एक बड़ा वड्डा उपदेश दिता, एक आ बहुत वड्डी गल समझा लिया। कहिंदे चेते रख बंदे अपनियां वंडियां ना पा, एक आ तेनू एक होण दा उपदेश दिता। यह एक आ तेनू कह रहा कि एक पिता एक सकेहां पर, यह एक आ तेनू कह रहा अब्बल अल्लाह नूर उपाया कुदरत ए सब बंदे एक नूर ते सब जग उपजिया कौन भले को मंदे लोगा भरम ना भूलो भाई खालक खलक खलक मैं खालक पूर रहो सरता। यह एका तेनू कह रहा भी सब मैं जोत जोत है सोए तिता चानन सब मैं चानन। इस एके ने साडे जीवन नू जिहड़ा असी जिउंदे पए आ अपने आले दुआले रहिंदे पए आ उत्थे सानू कहा भी अपनियां वंडियां ना पा, अपनियां वंडियां ना पा, तू भी एक हो जा, एक का होना सिख तो अपना आप जिहड़ा वा आप भी एक हो। असी अपने कर्मा करके साडा नाम वखरा वखरा हो सकता जी, ठीक है जी। जिमें जिन्हां नूं एक दी समझ आ गई, जिहड़े लोग वंडियां पाउंदे सी ना बंदे दे विच, जिमें अज साडे मनां विच भी इही है ना भी जिहड़ा पुत आ उह चंगी दात आ रब दी, जिहड़ी धी आ उह माड़ी दात, इदां हो रिहा जी, हो रिहा जी। क्यों हो रिहा, इहदा कारण की आ भई असी एका पढ़िया जरूर पर एके तो सिक्ख्या कोई नहीं रही, एके तो सिक्ख्या कोई नहीं रही असी, क्योंकि असी सारे एको मालक के पैदा किए हुए हैं
फिर मालक ने पैदा किए हुए इको तरह के जीव वक् वक् क्यों ने, उन्होंने असी माड़ा या चंगी नज़र के नाल वक्रे वक्रे तौर पर कर्म के तौर पर तो कोई माड़ा चंगा हो सकता, पर शरीरक तौर पर जो जमे उदों ही मत्थे उत्ते वट पै जाए फिर तो असं कहे भी फिर सानू एक समझ नहीं आई। भगत कबीर साहब जी ने ब्राह्मण ने जो गल् आखिया भी तू नीवी जात का मैं उची जात, देखो जिन्होंने एक समझ आ गई उन्होंने फिर एकता की गल की, जेडे लोग बंडिया पाते उन्होंने फिर सवाल किए उन्होंने कहते ठीक है पुजारी जी तुम कहते हो भी मैं नीवी जातता तो तू उची जातता मैं मानने तैयार हाँ पर मेरे कुछ सवाल ने जवाब देंगे कहते जी देना कहते पहला सवाल यही आ मैं भी 9 महीने अपनी माँ की भुख में रहा वा पेट में रहा वा गर्भ में रहा ठीक है जी 9 महीने मैं भी उत्थे कढ़े ने तो तू भी उत्थे कढ़े जे तू उची जातता जिवें ब्राह्मण की यह थ्योरी आ कहते वो उची जातता अपने आप को क्यों कहता संसार में उन्हें चार कैटागरी वंडिया ठीक है जी ब्राह्मण ठीक है जी खत्री वैश सूदर ठीक है जी संसार में उन्हें चार तरीकों नाल वंड दिता की कह रहे हो मैं क्यों उच्चा वा ब्राह्मण कहना मैं ब्रह्मा के मूंह में पैदा आया ठीक है जी मैं ब्रह्मा के मूंह में पैदा होया इस करके मैं उच्चा वा ठीक है जी दूसरी गल खतरी ये बाहों चो पैदा होया तू शोल्डर पेट तो पैदा किया ब्रह्मा ने ठीक है जी ता करके मेरे तो नीची कैटागरी से जोड़ा वैश आनू कहता जी ये पट्टा तो पैदा होया ठीक है जी इतों पैदा किया ब्रह्मा ने इस करके तीजी कटक शूदर सब तो थले क्यों रखिया क्योंकि कहते पैरों में पैदा होया इदा उन्हें बंडिया पा दी संसार की।